ਫਸਲ ਲੇਬਰ ਆਪਾਂ ਨੂੰ ਜਿਹੜੀ ਆ ਵੀ ਫਸਲ ਦੇ ਵਿੱਚੋਂ ਬਚਤ ਨਹੀਂ ਕੋਈ ਹੋਣ ਡਈ, 11-12 ਰੁਪਈਏ ਰੇਟ ਆ, ਤੇ ਜਿਹੜਾ ਕੋਈ ਮਟਰ ਚਿੱਟਾ ਹੋ ਗਿਆ ਵਾ ਉਹਦਾ 10 ਰੁਪਈਏ ਤੋਂ ਘੱਟ ਆ, ਤੇ ਮਜ਼ਦੂਰ ਭਰਾਵਾਂ ਨੂੰ ਵੀ 4 ਰੁਪਈਏ ਆਪਾਂ ਵੀ ਤੜਾਈ ਦੇਣੀ ਪੈਣ ਡਈ ਆ, ਤੇ ਚਲੋ ਉਹਨਾਂ ਦੀ ਮਿਹਨਤ ਆ, ਉਹ ਵੀ ਠੰਡ ਦੇ ਵਿੱਚ ਤੋੜਦੇ ਆ, ਉਹਨਾਂ ਨੂੰ ਮਿਹਨਤ ਆਪਾਂ ਨੂੰ ਦੇਣਾ ਪੈਣਾ, ਤੇ ਸਾਨੂੰ ਕੋਈ ਬਚਤ ਨਹੀਂ ਹੋਣ ਡਈ। ਅਗਲੀ ਫਸਲ ਜਿਹੜੀ ਉਹ ਲੇਟ ਹੋਣ ਡਈ ਆ, ਤੇ ਮਟਰ ਜਿਹੜੇ ਉਹ ਚਿੱਟੇ ਹੋਈ ਜਾ ਰਹੇ ਆ, ਤੇ ਵਪਾਰੀ ਵੀ ਜਿਹੜਾ ਉਹ ਸਿੱਧੇ ਮੂੰਹ ਜਿਹੜਾ ਵੀ ਨਹੀਂ ਲੈਣ ਡਿਆ ਫਸਲ। ਮਟਰ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫਸਲ ਦੇ ਰੇਟ ਡਾਊਨ ਆ ਗਿਆ? ਇਹ ਫਸਲ ਮਟਰ ਆ ਤੇ ਆਲੂ ਆ, ਇੱਕ ਬੀਨ ਆਖ ਦਿੰਦੇ ਆ ਸੇਮ ਫਲੀ ਉਹਨੂੰ ਆਉਂਦੇ ਆ, ਉਹਦਾ ਵੀ ਰੇਟ ਜਿਹੜਾ ਵੀ ਤਿੰਨਾਂ ਫਸਲਾਂ ਦਾ ਡਾਊਨ ਹੈ। ਕੀ ਮੰਗ ਕਰਦੇ? ਮੰਗ ਅਸੀਂ ਇਹ ਕਰਦੇ ਆ ਵੀ ਆਪਣਾ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਵਾ, ਤੇ ਇੱਥੇ ਖੇਤੀ ਤੇ ਜ਼ਿਆਦਾ ਨਿਰਭਰ ਆ ਲੋਕ, ਤੇ ਖੇਤੀ ਦੇ ਵਿੱਚੋਂ ਜੇ ਪੈਸਾ ਬਚੂਗਾ ਤੇ ਉਹ ਬਾਜ਼ਾਰਾਂ ਦੇ ਵਿੱਚ ਪੈਸਾ ਜਾਊਗਾ, ਤੇ ਸਾਰੇ ਜਿਹੜੇ ਇੱਥੇ ਪੰਜਾਬ ਦਾ ਸਰਕਲ ਜਿਹੜਾ ਵਧੀਆ ਚੱਲੂਗਾ, ਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਆਪਣਾ ਪਾਕਿਸਤਾਨ ਵਾਲਾ ਬਾਰਡਰ ਜਿਹੜਾ ਆਪਾਂ ਨੂੰ ਲੱਗਦਾ ਪੰਜਾਬ ਨੂੰ ਲੱਗੇ, ਇਹ ਖੋਲਿਆ ਜਾਵੇ, ਪਾਕਿਸਤਾਨ ਦੇ ਵਿੱਚ ਆਪਣੀ ਫਸਲ ਜਿਹੜੀ ਉਹ ਜਾਵੇ, ਤੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਉਹ ਪਾਰ ਹੋਵੇ, ਤੇ ਕਿਸਾਨ ਦੀ ਜੇਬ 'ਚ ਜਿਹੜਾ ਉਹ ਪੈਸਾ ਆ ਜਾਵੇ, ਤੇ ਪੰਜਾਬ ਜਿਹੜਾ ਵੀ ਥੋੜ੍ਹਾ ਜਿਹਾ ਸੌਖਾ ਹੋ ਸਕਦਾ ਜੀ।